अज चलांगे जी सलोंग वैली जाके वेखदे आं बर्फ बुर्फ उत्थे जिहड़ी देखण आए आ कि पई है कि नहीं। आ देखो बाकी दो बंदे रेडी हो रहे हैं, जनानियां 2 घंटे लाते उन्हें जनानियां तो भी परे यार रेडी ही नहीं होंदा हैगा। तो उपरे भाई हो यार तैयार होने च। बाकी देखते हैं जेड़ा आप एक्साइटमेंट जाना बर्फ देखने का आए इतने, जे मिली यार फिर तो बहुत वधिया होगा। बाकी बखाने तुहानू उत्थे जाके जे ना मिली भाई फिर पता की करांगे यार, फिर आप ढिले जिहे मूंह करके आ जाएंगे। ठीक है ब्रो। आज हूँ सवेरे ब्रेकफास्ट कर लग्या, बहुत भुख लगी हुई सी, है ना भाई, पेट पूजा बाकी काम दूजा। आ देखो किवें है ना, आ देखो भाई किवें है ना, लगे हुए आ भाई, हौली खा लो यार, पिछे लग रहे कोई, ये बंदे का 4 परौठे रल गया भाई, हौली खाओ यार। चलो जी हम मिलते हैं, आप करके ब्रेकफास्ट तो बाद चलते हैं सुरंग वैली। फुल पहुंच गए सलांग वैली, इथे लग्या होया जाम 2-3 किलोमीटर का, बहुत लंबा जाम लग्या होया इथे। इथो ना गड्डी पार्किंग चला के ਉੱਪਰ ਪੈਦਲ ਜਾਣਾ ਪਊਗਾ, ਜਾਂ ਉਹ ਲਿਫਟ ਹੁੰਦੀ ਆ ਉਹਦੇ 'ਚ ਜਾਣਾ ਪਊਗਾ, ਹੈ ਨਾ ਗਰਾਜ ਬਾਈ, ਜਾਂ ਲਿਫਟ 'ਚ ਜਾਣਾ ਪਊਗਾ। ਬਾਕੀ ਯਾਰ ਵਿਊ ਜਮਾਂ ਹੀ ਐਂਡ ਆ, ਐਂਡ ਗੱਲਬਾਤ ਆ ਉੱਪਰ, ਹੈ ਨਾ, ਪੂਰੀ ਬਰਫ ਆ ਆਪਣੀ ਦਾ। ਉਹ ਦੇਖੋ ਯਾਰ ਉੱਪਰੇ ਉੱਪਰ ਬਰਫ ਬਰਫ ਪਈ ਹੋਈ ਆ। ਵੈਸੇ ਇਹਨੂੰ ਕਨੇਡਾ 'ਚ ਕਹਿੰਦੇ ਆ ਸਨੋ, ਕਨੇਡਾ ਪਹੁੰਚ ਗਿਆ ਵੈਸੇ ਆਪਾਂ ਅੱਜ ਬਾਈ, ਪੂਰੀ ਫੀਲਿੰਗ ਆ ਰਹੀ ਹੈ ਯਾਰ ਕਨੇਡਾ ਵਾਲੀ, ਫੀਲਿੰਗ ਪੂਰੀ ਆਊਗੀ ਅੱਜ। ਇੱਥੇ ਆ ਕੇ ਯਾਰ ਆਪਾਂ ਸੋਹਣੇ ਵੀ ਲੱਗਣ ਲੱਗੇ, ਹੈ ਨਾ, ਬਹੁਤ ਫਰਕ ਹੈ ਯਾਰ, ਜੇ 1-2 ਮਹੀਨੇ ਲਾ ਗਏ ਹੈ ਨਾ ਗੱਲਬਾਤ ਸਿਰਾ ਹੋ ਜੂਗੀ। ਉਹ ਦੇਖੋ ਯਾਰ ਉੱਧਰ ਦਾ ਵਿਊ, ਹੁਣ ਜਾਣਾ ਅਸੀਂ ਉੱਤੇ, ਦੇਖਦੇ ਹਾਂ ਇੱਥੋਂ ਕੋਈ ਸਾਧਨ ਮਿਲੂਗਾ ਜਾਂ ਇੱਥੇ ਫਿਰ ਪੈਦਲ ਜਾਣਾ ਪਊਗਾ। ਆ ਲਿਓ ਜੀ ਆਪਾਂ ਹੋ ਗਏ ਹੁਣ ਰੈਡੀ, ਉਹ ਇੱਧਰ ਦੇਖੋ, ਆ ਦੇਖੋ ਬਈ ਰੈਡੀ ਹੋ ਗਏ, ਹੁਣ ਚੱਲੇ ਆ ਉੱਪਰ। ਸਾਡਾ ਜਗਰਾਜ ਸਿੰਘ ਜਾਦੂ ਜਾਦੂ ਬਣਿਆ ਪਿਆ, ਜਾਦੂ ਸਾਡਾ, ਤੇ ਆ ਇੱਕ ਲਿੱਤ ਲਿੱਤ ਦੇਖੋ ਜੀ, ਆ ਦੇਖੋ ਆ ਦੇਖੋ ਇਹਦੇ ਪਿੱਛੇ ਨਾ, ਦੇਖੋ ਇਹਦੇ ਪਿੱਛੇ ਪਹਿਲਾਂ ਹੀ ਕਾੜੀ ਦਾ ਨਿਸ਼ਾਨ ਲਵਾਤਾ, ਇਹ ਬੰਦਾ ਖਤਰਨਾਕ ਹੈ। ਫਿਰ ਤਿਆਰ ਉੱਤੇ ਜਾਣ ਲਈ, ਉੱਤੇ ਚੜਨਾ ਬਈ ਆਪਾਂ ਨੇ ਸਿਖਰ ਉੱਤੇ ਚੋਟੀ ਦੇ, ਚਲੋ 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 ਜਿੱਧਰ ਜਾਣਾ। ਆ ਲਿਓ ਜੀ ਪਹੁੰਚ ਗਏ ਹੁਣ ਆਪਾਂ ਉੱਪਰ ਚੋਟੀ ਤੇ, ਅੱਗੇ ਬਰਫ ਏ ਬਰਫ ਆ, ਆ ਖੜੇ ਆਪਣੇ ਬੰਦੇ ਆ। ਹਾਂ ਬਈ ਕਿਵੇਂ ਐਕਸਪੀਰੀਅੰਸ ਰਿਹਾ? ਐਕਸਪੀਰੀਅੰਸ ਪੂਰਾ ਕੈਮ। ਉਹ ਬਾਈ ਇੱਕ ਗੱਲ ਦੇਖੀਏ ਯਾਰ, ਪੈਦਲ ਆਉਣ ਚ ਬਹੁਤ ਨਜ਼ਾਰਾ ਯਾਰ, ਪੈਦਲ ਆਉਣ ਚ ਆਪਣਾ ਨਜ਼ਾਰਾ ਹੁੰਦਾ, ਖੱਚਰਾਂ ਦੇ ਵੇਖਦਾ ਥੱਲੇ ਵਾਲਾ ਵੀ, ਡੈਕੇ ਜ਼ਿਆਦਾ ਲੱਗੀ ਜਾਂਦੇ ਆ, ਇੱਕ ਡੈਕੇ ਲੱਗਦੇ ਆ ਬਾਈ, ਇੱਕ ਨਾ ਜਿਹੜਾ ਜੋ ਚੀਜ਼ ਆਪਾਂ ਨੂੰ ਦੇਖਣੀ ਹੁੰਦੀ ਆ ਉਹ ਦਿਖਦੀ ਨਹੀਂ ਹੈਗੀ, ਦਿਖਦੀ ਨਹੀਂ ਹੈਗੀ, ਡਰ ਵੀ ਲੱਗਦਾ, ਆਪਾਂ ਨੌਜਵਾਨ ਬੰਦੇ ਆਪਾਂ ਤੁਰ ਕੇ ਕਿਵੇਂ ਆਏ ਆ, ਉਹਨਾਂ ਦੇ ਹਨਾ ਬਸ ਲਿਆ ਕੇ ਉਹ ਉੱਤੇ ਖੜਾ ਦੇਣਾ ਸਾ, ਬਸ ਜਾ ਕੇ ਕਿਦੋਂ ਆਇਆ ਹੁਣ ਜਗਾ, ਉਹ ਆ ਰਹੇ ਆ ਉਹ ਨੀਚੇ,
ਬਾਕੀ ਆ ਬੰਦਾ ਖਤਮ ਹੋ ਲਿਆ ਸਾਡਾ ਇਹ ਬੰਦਾ ਸਾਡਾ ਹੋ ਲਿਆ ਖਤਮ ਖੱਚਰ ਦੇਖੋ ਖੱਚਰ ਘੋੜੇ 1 ਮਿੰਟ ਚੱਲਦਾ 5 ਮਿੰਟ ਆਰਾਮ ਮਾਰਦਾ ਆ ਪਾਣੀ ਦੀ 4 ਬੋਤਲਾਂ ਵੀ ਗਿਆ ਯਾਰ ਠੰਡ ਚ ਵੀ ਬਾਕੀ ਜਾ ਕੇ ਹੁਣ ਉੱਥੇ ਬਾਈ ਬਰਫ ਚ ਇੰਜੋਇਮੈਂਟ ਕਰਕੇ ਫਿਰ ਜਾਣਾ ਪਰ ਉਹ ਉੱਥੇ ਉਹ ਉਸ ਚੋਟੀ ਤੇ ਚੜਾਂਗੇ ਜਾ ਕੇ ਅੱਗੇ ਮਿਲਦੇ ਆ ਉੱਥੇ ਡੇਰੇ ਲਾ ਲੈਣੇ ਆ ਉੱਥੇ ਡੇਰੇ ਲਾ ਲੈਣੇ ਆ ਜਾ ਕੇ ਪੂਰਾ ਇੰਜੋਇਮੈਂਟ ਹੋ ਰਿਹਾ ਯਾਰ ਇੰਜੋਇਮੈਂਟ ਉੱਥੇ ਡੇਰੇ ਲਾ ਲੈਣੇ ਆ ਲੱਭਣ ਆ ਜਿਓ ਲੱਭਣ ਆ ਜਿਓ ਅਸੀਂ ਤਾਂ ਇੱਥੇ ਰਹਿਣਾ ਵਾ ਬਰਫ਼ ਚ ਬਾਈ ਯਾਰ ਮੇਰਾ ਤਾਂ ਇੱਥੇ ਘਰ ਦੇ ਪਵਾਂਗੇ ਯਾਰ ਆਪਾਂ ਗੁਫਾ ਪਾ ਲੈਣੇ ਇੱਥੇ ਘਰ ਨਹੀਂ ਗੁਫਾ ਆਪਾਂ ਮੈਂ ਕਹਿੰਦਾ ਇੱਥੇ ਗੁਫਾ ਪਾ ਕੇ ਨਾ ਇਕੱਲੇ ਰਿਹਾ ਕਰਾਂਗੇ 4 ਖੱਚਰ ਰੱਖ ਲਾਂਗੇ ਰੋਜ਼ ਪੈਸੇ ਹੀ ਪੈਸੇ ਪੈਸੇ ਹੀ ਪੈਸੇ 4 ਖੱਚਰ ਹੈ ਨਾ ਇੱਕ ਤਾਂ ਹੈਗਾ ਆਪਣੇ ਕੋਲ ਦਰਿਆਈ ਖੱਚਰ ਨਹੀਂ ਆਪਣੇ ਉੱਥੇ ਯਾਰ ਖੱਚਰ ਤੋਂ ਮੈਂ ਕਹਿੰਦੇ ਆ ਵੀ ਆ ਦੇ ਕੀ ਰੱਖਿਆ ਸਣ ਆ ਦੇ ਆਪਾਂ ਨੇ ਕੀ ਰੱਖਿਆ ਆਪਣਾ ਦਿਖਾ ਦੇ ਉਹ ਕਿੱਥੇ ਗਿਆ ਉਹ ਗਿਆ ਉਹ ਜਾ ਰਿਹਾ ਸਾਡਾ ਕੀ ਆਪਾਂ ਨੇ ਦਰਿਆਈ ਖੱਚਰ ਦਰਿਆਈ ਘੋੜਾ ਉਹ ਦਰਿਆਈ ਘੋੜਾ ਉੱਤੇ ਬਹਿ ਕੇ ਜਾਣਾ ਉੱਪਰ ਚੜ ਕੇ ਜਾਨ ਬਰਫ਼ ਡਿੱਗਦੀ ਹੋਈ ਕੀ ਚੀਜ਼ ਹੈ ਯਾਰ ਬਾਈ ਆਹ ਨਜ਼ਾਰਾ ਆ ਰਿਹਾ ਬਾਬੇ ਬਰਫ਼ ਉੱਤੋਂ ਡਿੱਗ ਨੀ ਰਹੀ ਆਪਾਂ ਕਹਿੰਦੇ ਵੀ ਆਪਾਂ ਆਪਣੀ ਸਿੱਟ ਲੈਣੇ ਆ ਕਿਉਂ ਨਹੀਂ ਬਰੋ ਠੰਡਾ ਯਾਰ ਆ ਸਾਡਾ ਵੱਡੇ ਬੁਆਏ ਸਾਡਾ ਯਾਰ ਇੱਕ ਗੱਲ ਕੱਲ ਸਾਹ ਇੱਥੇ ਆ ਇੱਥੇ ਆ ਤੂੰ ਆ ਗੱਲ ਮਤ ਬਾਈ ਬਾਬਿਓ ਬਰਫੇ ਬਰਫ਼ ਬਸ ਸਿਰਾ ਹੀ ਗੱਲਬਾਤ ਯੋ ਯਾ ਜ਼ਿੰਦਗੀ ਦੇਖੋ ਆ ਦੇਖੋ ਹੁਣ ਇੱਥੇ ਨੂੰ ਜਾਊਗਾ ਘਿਸਰ ਗਏ ਉਹ ਦੂਜੀ ਸਾਈਡ ਆ ਦੇਖੋ ਨਜ਼ਾਰੇ ਲੈਣੇ ਆ ਜ਼ਿੰਦਗੀ ਦੇ ਲੋਕ ਉਹ ਗਿਆ ਦੂਜੀ ਸਾਈਡ ਆ ਸਾਡੇ ਵਾਲੇ ਵਿਚਾਰੇ ਬਰਫੇ ਦੇਖਦੇ ਖੁਸ਼ ਹੋ ਗਏ ਆ ਦੇਖ ਭਗਤ ਨਜ਼ਾਰੇ ਲਈ ਦੇ ਜ਼ਿੰਦਗੀ ਦੇ ਨਜ਼ਾਰੇ ਸਾਡੀ ਚਾਹ ਏ ਤਿਆਰ ਦਿਖਾਓ ਚਾਹ ਨਾਲ ਸਿਰਾ ਸਿਰਾ ਬੰਦੇ ਚਾਰ ਸਾਡਾ ਚਾਹ ਦੇਖ ਲਈਏ ਚਾਹ 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 ਕਿਆ ਹੁਣ ਬੋਲ ਦੁਬਾਰਾ ਤੂੰ ਰਿਪੀਟ ਕਰ ਸਾਡੀ ਚਾਹ ਏ ਤਿਆਰ ਨਾਲ ਸਿਰਾ ਬੰਦਾ ਚਾਰ ਨਾਲ ਸਿਰਾ ਸਿਰਾ ਬੰਦੇ ਹੋ ਗਏ ਚਾਰ ਅਸੀਂ ਇੱਕ ਉਹ ਬੈਠਾ ਉਹ ਲੈ ਰਿਹਾ ਇਨਫੋਰਮੇਸ਼ਨ ਮਨਾਲੀ ਨੂੰ ਹੋ ਗਏ ਫਰਾਰ ਬੰਦਾ ਲੈ ਰਿਹਾ ਇਨਫੋਰਮੇਸ਼ਨ ਵੀ ਕਿੱਦਾਂ ਕਿੱਦਾਂ ਕਾਰੋਬਾਰ ਉਹਨੇ ਤੇ ਬਿਜ਼ਨਸ ਤੋੜਨਾ ਖੱਚਰਾਂ ਦਾ ਬਿਜ਼ਨਸ ਤੋੜਨਾ ਬਈ ਲੱਗਦਾ ਵੀ ਸਾਲਾ ਖੱਚਰਾਂ ਵਾਲਾ ਹੀ ਹੈ ਲੱਗਦਾ ਵੀ ਸਾਲਾ ਖੱਚਰਾਂ ਵਾਲਾ ਹੀ ਹੈ ਬਈ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਹੈ ਖੱਚਰ ਨੀਂਦਾ ਖੱਚਰਾਂ ਵਾਲਾ ਨੀਂਦਾ ਖੱਚਰਾਂ ਵਾਲਾ ਸੰਪਰਕ ਕਰੋ 98140 35905 ਆਹ ਦੇਖੋ ਦੁਨੀਆ ਦੇ ਰੰਗ ਆਹ ਦੇਖੋ ਆ ਗਿਆ ਥੱਲੇ ਦੇਖੋ ਬਰਫੇ ਬਰਫ਼ ਫੁੱਲ ਜਾ ਘੈਂਟ ਨਜ਼ਾਰਾ ਫੁੱਲ ਬਰਫੇ ਬਰਫ਼ ਹੈ ਦੇਖੋ ਵੀਰ ਆਪਾਂ ਖੜੇ ਹਾਂ ਮਾਲ ਰੋਡ ਤੇ ਦੇਖੋ ਕਿੰਨਾ ਰਸ਼ ਹੈ ਰਸ਼ ਦੇਖੋ ਕਿੰਨਾ ਮਾਲ ਰੋਡ ਤੇ ਇੱਥੇ ਸਾਰੇ ਸ਼ੋਰੂਮ ਵਗੈਰਾ ਸਭ ਕੁਛ ਹੈ ਇੱਥੇ ਸ਼ਾਲਾਂ ਵਗੈਰਾ ਮਿਲਦੀਆਂ ਸ਼ਾਲਾਂ ਹੁੰਦੀਆਂ
ਅਤੇ ਬਦਾਮ ਬਦੂਮ ਵੀ ਬਹੁਤ ਮਿਲਦੇ ਹੈ ਸਸਤੇ ਰੇਟਾਂ ਦੇ ਬਦਾਮ ਕਾਜੂ ਵਗੈਰਾ ਰਸ਼ ਬੜਾ ਇੱਥੇ ਮਾਲ ਰੋਡ ਹੈ ਇਹ ਮਨਾਲੀ ਦਾ हेलो हाँ जी जिदा आप दिखाया कि सोलंग वैली च कितनी बर्फ सी देखो आ है इतने का माल रोड मनाली का माल रोड देखो कितनी रौनक है देखो लोग बंदे पिछे बट इतने ना हूँ जिदा करोना करोना वध रहा केस हूँ इतने मास्क कंपलसरी करता मास्क मूस्क कहने भी ला के रखिया करो सारे जने मास्क ला के आया करो इतने चलान कट दें मास्क का बाकी हूँ तो इतने रात का नज़ारा देख लो बस रौनक ही रौनक मेला ही मेला बाकी विखावे कल तू बाकी कित होर घुमावे जाके अज दे इन्ना ही सत श्री अकाल जी गुड नाइट बाय बाय टेक केयर।